ਹਸਪਤਾਲ ਵਾਲਿਆਂ ਨੂੰ ਵੀ ਨਹੀਂ ਭੇਜਿਆ ਜਾ ਰਿਹਾ ਨੂੰ ਕੱਢ ਰਹੇ ਆ ਜੀ ਨਹੀਂ ਜਾਣੇ ਤਾਂ ਜਾ ਰਿਹਾ ਕੱਢ ਰਹੇ ਆ ਮੈਂ ਦੋ ਜਣੇ ਹੁਣੇ ਮੁੜ ਕੇ ਦੇਖੇ ਨੇ ਨਹੀਂ ਕੱਢ ਰਹੇ ਆ ਨਾਲ ਦੀ ਨਾਲ ਕੱਢੇ ਨੇ ਸਾਰੇ ਹੱਥ ਜਿਹੜਾ ਕੋਈ ਹੁਣ ਜੇ ਹੱਸ ਸਾਹਮਣੇ ਹਸਪਤਾਲ ਨੇ ਗਏ ਐਮਰਜੈਂਸੀ ਵਾਲਾ ਜਿਹੜੀ ਕੇਸ ਹੈ ਉਹ ਹਸਪਤਾਲ ਜਾਣਾ ਹੈ ਚੌਂਕ ਤੋਂ ਉਰਾ ਉਹਨੂੰ ਸਭ ਨੂੰ ਕੱਢ ਰਹੇ ਆ ਜੀ ਭਾਜੀ ਕਿੱਥੇ ਜਾਣਾ ਸੀ ਸਰਕਾਰੀ ਹਸਪਤਾਲ ਹਸਪਤਾਲ ਜਾ ਨਹੀਂ ਦੇ ਰਹੇ ਹਾਂ ਭਾਈ ਜੀ ਹਸਪਤਾਲ ਵਾਲੇ ਤੁਸੀਂ ਇਹਨਾਂ ਨੂੰ ਵੀ ਮੋੜੀ ਜਾਂਦੇ ਹੋ ਹੁਣ ਕਿੰਨਾਂ ਨੇ ਰੋਕਿਆ ਕਿੰਨਾਂ ਨੇ ਆ ਭਾਜੀ ਰੋਕਿਆ ਕਿੰਨਾਂ ਨੇ ਆ डाउन करे बड़ा शीशा की कहा गया अस्पताल ਮੈਨੂੰ ਤੁਸੀਂ ਕਿਹਾ ਉਹ ਦੇਖ ਵੀਰੇ ਥੋੜਾ ਟ੍ਰੈਫਿਕ ਟ੍ਰੈਫਿਕ ਮੈਂ ਇੰਚਾਰਜ ਮੈਨੂੰ ਹਸਪਤਾਲ ਵਿੱਚ ਤੁਹਾਨੂੰ ਕਿਹਾ ਨਹੀਂ ਮੈਂ ਜੀ ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਨਾ ਚਲੋ ਹਸਪਤਾਲ ਜਾਣਾ ਆ ਦੇਖ ਸਕਦੇ ਰੋਡ ਦੇ ਉੱਤੇ ਜਿਹੜੇ ਚੀਫ ਗੈਸਟ ਨੇ ਜਿੰਨਾ ਝੰਡਾ ਲਹਿਰਾਉਣਾ ਉਹਨਾਂ ਨੇ ਲੰਘਣਾ ਉੱਥੋਂ ਦੀ ਤੇ ਇਸ ਕਰਕੇ ਜਿਹੜੀ ਟ੍ਰੈਫਿਕ ਆ ਬੰਦ ਕੀਤੀ ਆ ਨਹੀਂ ਜਿਵੇਂ ਚੀਫ ਗੈਸਟ ਕਹਿ ਰਹੇ ਹੋ ਵੀਆਈਪੀ ਮਤਲਬ ਸੋ ਸਿਰਫ ਅਮਰਜੈਸ ਦੇਖ ਸਕਦੇ ਹੋ ਵੀਆਈਪੀ ਸੇਵਾਵਾਂ ਨੇ ਸਿਰਫ ਵੀਆਈਪੀ ਸੇਵਾਵਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਹੁਣ ਜੇ ਗੱਲ ਕਰੀਏ ਵੀਆਈਪੀ ਕਲਚਰ ਕਿਤੇ ਨਾ ਕਿਤੇ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਪਰ ਫਿਰ ਦੇਖ ਸਕਦੇ ਹੋ ਉਹੀ ਗੱਲਾਂ ਵੀ ਸਿਰਫ ਵੀਆਈਪੀ ਲੋਕਾਂ ਨੂੰ ਰੋਡ ਦੇ ਉੱਤੋਂ ਜਾਣ ਦਿੱਤਾ ਜਾਂਦਾ ਹੈ ਤੇ ਬਾਕੀ ਲੋਕਾਂ ਨੂੰ ਖੱਜਲ ਖਵਾਰ ਕੀਤਾ ਜਾਂਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਖੱਜਲ ਖਵਾਰ ਜੀ ਕੀ ਹੋਇਆ ਸਾਡਾ ਮਾਸਟਰ ਰਹਿ ਗਿਆ ਜੀ ਉਹਨੂੰ ਛੱਡ ਕੇ ਆਉਣਾ ਜੀ ਅਸੀਂ ਤਾਂ ਕਹਿੰਦੇ ਆ ਕੀ ਕਹਿੰਦੇ ਨੇ ਲੈਣ ਜਾਣਾ ਜੀ ਕੀ ਕਹਿੰਦੇ ਨੇ ਉਹ ਜਾਣ ਨਹੀਂ ਦਿੰਦੇ ਜੀ ਨਹੀਂ ਬਾਗ ਜਾਣ ਲੋ ਭਾਈ ਜੀ ਇਹ ਸਿਰਫ ਬੱਤੀ ਵਾਲਿਆਂ ਨੂੰ ਲੰਘਣ ਦਿੱਤਾ ਜਾ ਰਿਹਾ ਇੱਥੋਂ ਓਏ ਅਸੀਂ ਤਾਂ ਆਪ ਬੱਤੀ ਵਾਲਾ ਹੀ ਕੰਮ ਹੈ ਸਾਡਾ ਪ੍ਰੋਗਰਾਮ ਹੈ ਮਾਸਟਰ ਵੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਵੀਆਈਪੀ ਕਲਚਰ ਖਤਮ ਕੀਤਾ ਜਾਊ ਪਰ ਆਹ ਰੋਡ ਆ ਜਿਹੜੀਆਂ ਹੁਣ ਖੁਦ ਦੇਖ ਸਕਦੇ ਹੋ ਵੀ ਸਿਰਫ ਵੀਆਈਪੀ ਲੋਕਾਂ ਦੇ ਲਈ ਵਰਤੀਆਂ ਜਾ ਰਹੀਆਂ ਨੇ ਕਿਸੇ ਆਮ ਵਿਅਕਤੀ ਨੂੰ ਇਸ ਰੋਡ ਦੇ ਉੱਤੋਂ ਨਹੀਂ ਲੰਘਣ ਦਿੱਤਾ ਜਾ ਰਿਹਾ ਹਰ ਕੋਈ ਖੱਜਲ ਖੁਆਰ ਹੋ ਕੇ ਜਾ ਰਿਹਾ ਭਾਵੇਂ ਕਿਸੇ ਨੇ ਹਸਪਤਾਲ ਦੇ ਵਿੱਚ ਵੀ ਜਾਣਾ ਹੋਵੇ ਜਦੋਂ ਕਹਿ ਰਹਿੰਦੇ ਨੇ ਵੀ ਐਮਰਜੈਂਸੀ ਹੈ ਤਾਂ ਵੀ ਨਹੀਂ ਜਾਣ ਦਿੱਤਾ ਜਾਂਦਾ ਬਾਈ ਜੀ ਨਾ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਬਲਜਿੰਦਰ ਸਿੰਘ ਇਸ ਸਮੇਂ ਸੰਗਰੂਰ ਦੇ ਵਿੱਚ ਮੌਜੂਦ ਹਾਂ 26 ਜਨਵਰੀ ਦਾ ਦਿਨ ਆ ਅਤੇ ਸਿਰਫ ਦੇਖ ਸਕਦੇ ਹੋ ਵੀ ਰੋਡ ਜਿਹੜੇ ਬੰਦ ਕੀਤੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹਰ ਇੱਕ ਨੂੰ ਜਿਹੜਾ ਮੁੜਨਾ ਪੈ ਰਿਹਾ ਵਾਪਸ ਦੂਰੋਂ ਦੂਰੋਂ ਲੋਕ ਆਏ ਨੇ ਬਾਪੂ ਹੁਣੇ ਆਏ ਨੇ ਬਾਪੂ ਜੀ ਕਿੱਥੋਂ ਆਏ ਹੋ ਐ ਲੋਕਲੇ ਆ ਜੀ ਆ ਜਾਣ ਨਹੀਂ ਦਿੰਦੇ ਆ ਚਲੋ ਪਤਾ ਨਹੀਂ ਕੀ ਕਾਰਨ ਹੈ ਜੀ ਕੀ ਕਾਰਨ ਹੈ ਕਿਉਂ ਨਹੀਂ ਵੀ ਆਈ ਪੀ ਆ ਸਿਰਫ ਇਕੱਲੇ ਵੀ ਆਈ ਪੀ ਜਾਣਗੇ ਇੱਥੋਂ ਦੀ ਅੱਛਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਮੈਂ ਤਾਂ ਨਾ ਇੱਥੋਂ ਲੋਕਲੀ ਆ ਜਾਣਕਾਰੀ ਨਹੀਂ ਵੀ ਕਿਉਂ ਰੋਕ ਰਹੇ ਨੇ ਕਿੱਥੇ ਘਰ ਕਿੱਧਰ ਤੁਹਾਡਾ ਆ ਮਹਿਲ ਮੁਬਾਰਕ ਸੋ ਹਰ ਕਿਸੇ ਨੂੰ ਜਿਹੜਾ ਇੱਥੋਂ ਵਾਪਸ ਮੋੜ ਦਿੱਤਾ ਜਾਂਦਾ ਹੈ ਸੋ ਸਿਰਫ ਅਮਰਜੈਸ ਦੇਖ ਸਕਦੇ ਹੋ ਵੀ ਆਈ ਪੀ ਸੇਵਾਵਾਂ ਨੇ ਸਿਰਫ ਵੀ ਆਈ ਪੀ ਸੇਵਾਵਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਹੁਣ ਜੇ ਗੱਲ ਕਰੀਏ ਵੀਆਈਪੀ ਕਲਚਰ ਕਿਤੇ ਨਾ ਕਿਤੇ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਪਰ ਫਿਰ ਦੇਖ ਸਕਦੇ ਹੋ ਉਹੀ ਗੱਲਾਂ ਵੀ ਸਿਰਫ ਵੀਆਈਪੀ ਲੋਕਾਂ ਨੂੰ ਰੋਡ ਦੇ ਉੱਤੋਂ ਜਾਣ ਦਿੱਤਾ ਜਾਂਦਾ ਹੈ ਅਤੇ ਬਾਕੀ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਖੱਜਲ ਖੁਆਰ ਜਿਹੜਾ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਜਿਹੜੇ ਰੋਡ ਬਲੌਕ ਕਰਕੇ ਸੋ ਇਹ ਸੰਗਰੂਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੱਲਬਾਤ ਵੀ ਕਰਾਂਗੇ ਮੁਲਾਜ਼ਮਾਂ ਦੇ ਨਾਲ ਵੀ ਕੀ ਕਾਰਨ ਹੈ ਜਿਹੜਾ ਇਸ ਰੋਡ ਦੇ ਉੱਤੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਸੇ ਨੂੰ ਸੋ ਦੇਖ ਸਕਦੇ ਹੋ ਹਰ ਕਿਸੇ ਨੇ ਜਿਹੜੀ ਟ੍ਰੈਫਿਕ ਡਿਵਾਈਡ ਕੀਤਾ ਜਾ ਰਿਹਾ ਗੱਲਬਾਤ ਬਾਈ ਜੀ ਕਿਉਂ ਰੋਡ ਕਾਹਤੋਂ ਬੰਦ ਕੀਤੀ ਹੋਈ ਹੈ ਇਹ 26 ਜਨਵਰੀ ਕਰਕੇ ਜੀ ਉੱਤੇ ਕੀ 26 ਕੀ ਚੱਲ ਰਿਹਾ ਇਸ ਰੋਡ ਦੇ ਉੱਤੇ ਰੋਡ ਦੇ ਉੱਤੇ ਜਿਹੜੇ ਚੀਫ ਗੈਸਟ ਨੇ ਜਿੰਨਾ ਝੰਡਾ ਲਹਿਰਾਉਣਾ ਉਹਨਾਂ ਨੇ ਲੰਘਣਾ ਉੱਥੋਂ ਦੀ ਤੇ ਇਸ ਕਰਕੇ ਜਿਹੜੀ ਟ੍ਰੈਫਿਕ ਆ ਬੰਦ ਕੀਤੀ ਹੈ ਨਹੀਂ ਜਿਵੇਂ ਚੀਫ ਗੈਸਟ ਕਹਿ ਰਹੇ ਹੋ ਵੀਆਈਪੀ ਮਤਲਬ ਵੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਵੀਆਈਪੀ ਕਲਚਰ ਖਤਮ ਕੀਤਾ ਜਾਊ ਪਰ ਆਹ ਰੋਡ ਆ ਜਿਹੜੀਆਂ ਹੁਣ ਖੁਦ ਦੇਖ ਸਕਦੇ ਹੋ ਵੀ ਸਿਰਫ ਵੀਆਈਪੀ ਲੋਕਾਂ ਦੇ ਲਈ ਵਰਤੀਆਂ ਜਾ ਰਹੀਆਂ ਨੇ ਕਿਸੇ ਆਮ ਵਿਅਕਤੀ ਨੂੰ ਇਸ ਰੋਡ ਦੇ ਉੱਤੋਂ ਨਹੀਂ ਲੰਘਣ ਦਿੱਤਾ ਜਾ ਰਿਹਾ ਹਰ ਕੋਈ ਖੱਜਲ ਖੁਆਰ ਹੋ ਕੇ ਜਾ ਰਿਹਾ ਭਾਵੇਂ ਕਿਸੇ ਨੇ ਹਸਪਤਾਲ ਦੇ ਵਿੱਚ ਵੀ ਜਾਣਾ ਹੋਵੇ ਜਦੋਂ ਕਹਿ ਰਹਿੰਦੇ ਨੇ ਵੀ ਐਮਰਜੈਂਸੀ ਹੈ ਤਾਂ ਵੀ ਨਹੀਂ ਜਾਣ ਦਿੱਤਾ ਜਾਂਦਾ ਬਾਈ ਜੀ ਹਸਪਤਾਲ ਵਾਲਿਆਂ ਨੂੰ ਵੀ ਨਹੀਂ ਭੇਜਿਆ ਜਾ ਰਿਹਾ ਨੂੰ ਕੱਢ ਰਹੇ ਆ ਜੀ ਨਹੀਂ ਜਾਣ ਦਿੱਤਾ ਜਾ ਰਿਹਾ ਕੱਢ ਰਹੇ ਆ ਮੈਂ ਦੋ ਜਣੇ ਹੁਣੇ ਮੁੜ ਕੇ ਦੇਖੇ ਨੇ ਨਹੀਂ ਕੱਢ ਰਹੇ ਆ ਨਾਲ ਦੀ ਨਾਲ ਕੱਢੇ ਨੇ ਸਾਰੇ ਹੱਥ ਜਿਹੜਾ ਕੋਈ ਹੁਣ ਜੇ ਹੱਸ ਸਾਹਮਣੇ ਹਸਪਤਾਲ ਨੇ ਗਏ ਐਮਰਜੈਂਸੀ ਵਾਲਾ ਜਿਹੜੀ ਕੇਸ ਹੈ ਉਹ ਹਸਪਤਾਲ ਜਾਣਾ ਹੈ ਚੌਂਕ ਤੋਂ ਉਰਾ ਉਹਨੂੰ ਸਭ ਨੂੰ ਕੱਢ ਰਹੇ ਆ ਜੀ ਬਾਕੀ ਜਿਹੜਾ ਹੁਣ ਜਿਨ੍ਹਾਂ ਦੇ ਘਰ ਆ ਤੁਸੀਂ ਉਹਨਾਂ ਨੂੰ ਵੀ ਜਾਣਾ 15 ਮਿੰਟ ਦੀ ਗੱਲ ਆ ਜੀ 15 ਮਿੰਟ ਬਾਅਦ ਸਾਰਾ ਖੋਲ ਦੇਣਾ ਜੀ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਇਸੇ ਐਕਸੀਡੈਂਟ ਵੀ ਹੋ ਰਹੇ ਨੇਗੇ ਗੱਡੀ ਆ ਜਿਹੜੀ ਲੱਗ ਚੁੱਕੀ ਹੈ ਲੋਕ ਖੱਜਲ ਖੁਆਰ ਆ ਜਿਹੜਾ ਹੋ ਰਹੇ ਨੇ ਲਗਾਤਾਰ ਸਿਰਫ ਇੱਕ ਰੋਡ ਬੰਦ ਕਰਕੇ ਮਤਲਬ ਕਹਿ ਦਈਏ ਵੀ ਨਾ ਵੀਆਈਪੀ ਲੋਕਾਂ ਨੂੰ ਲੰਘਣ ਦੇ ਲਈ ਇੱਥੇ ਸਿਰਫ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਕਲਚਰ ਜਿਹੜਾ ਚੱਲ ਰਿਹਾ ਸੰਗਰੂਰ ਦੇ ਵਿੱਚ ਆਮ ਲੋਕ ਖੱਜਲ ਖੁਆਰ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਸਿਰਫ ਵੀਆਈਪੀ ਕਲਚਰ ਨੂੰ ਵਧਾਵਾ ਦਿੱਤਾ ਜਾ ਰਿਹਾ ਅਤੇ ਲੋਕਾਂ ਨੂੰ ਇੱਧਰ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਹਰ ਕੋਈ ਜਿਹੜਾ ਖੱਜਲ ਖੁਆਰ ਹੋ ਰਿਹਾ ਹੈ ਭਾਜੀ ਕਿੱਥੇ ਜਾਣਾ ਸੀ ਹੈ ਹਸਪਤਾਲ ਹਸਪਤਾਲ ਜਾ ਨਹੀਂ ਦੇ ਰਹੇ ਬਾਈ ਜੀ ਹਸਪਤਾਲ ਵਾਲੇ ਤੁਸੀਂ ਇਹਨਾਂ ਨੂੰ ਵੀ ਮੋੜੀ ਜਾਂਦੇ ਹੋ ਹੁਣ ਕਿੰਨਾਂ ਨੇ ਰੋਕਿਆ ਕਿੰਨਾਂ ਨੇ ਆ ਬਾਈ ਜੀ ਰੋਕਿਆ ਕਿੰਨਾਂ ਨੇ ਆ ਅੱਧਾ ਡਾਊਨ ਕਰੇ ਮਾੜਾ ਸ਼ੀਸ਼ਾ
ਕੀ ਕਿਹਾ ਗਿਆ ਹਸਪਤਾਲ ਮੈਨੂੰ ਤੁਸੀਂ ਕਿਹਾ ਉਹ ਦੇਖ ਵੀਰੇ ਥੋੜਾ ਕਿਹਾ ਟ੍ਰੈਫਿਕ ਮੈਂ ਇੰਚਾਰਜ ਮੈਨੂੰ ਹਸਪਤਾਲ ਮੈਂ ਤੁਹਾਨੂੰ ਕਿਹਾ ਨਹੀਂ ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਨਾ ਫਿਰ ਚਲੋ ਹਸਪਤਾਲ ਜਾਣਾ ਆ ਦੇਖ ਸਕਦੇ ਹੋ ਵੀ ਹਸਪਤਾਲ ਜਾਣ ਵਾਲਿਆਂ ਨੂੰ ਵੀ ਹੁਣ ਜਾਣ ਨਹੀਂ ਦਿੱਤਾ ਜਾ ਰਿਹਾ ਆਹ ਵੀਆਈਪੀ ਕਲਚਰ ਆ ਹੁਣ ਇੱਥੋਂ ਜਿਹੜੇ ਬੱਤੀ ਵਾਲੀਆਂ ਗੱਡੀਆਂ ਲੰਘਦੀਆਂ ਤਾਂ ਲੰਘਣ ਦਿੱਤਾ ਜਾਊਗਾ ਪਰ ਆਮ ਲੋਕਾਂ ਨੂੰ ਨਹੀਂ ਲੰਘਣ ਦਿੱਤਾ ਜਾਊਗਾ ਹਰ ਇੱਕ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਸੋ ਦੇਖਿਆ ਆਹ ਗੱਡੀਆਂ ਰੋਕਣਗੇ ਹੁਣ ਕਈ ਗੱਡੀਆਂ ਰੋਕੀਆਂ ਜਾਣਗੀਆਂ ਨਹੀਂ ਜਾਣ ਦਿੱਤਾ ਜਾਊਗਾ ਕਿਸੇ ਨੂੰ ਇੱਧਰ ਸੋ ਕਿਸ ਤਰ੍ਹਾਂ ਜਿਹੜਾ ਭਾਵੇਂ 26 ਜਨਵਰੀ ਦਾ ਦਿਨ ਮੰਨਦੇ ਹਾਂ ਪਰ ਲੋਕਾਂ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਰੋਡ ਬੰਦ ਕਰਕੇ ਰੋਡ ਨੂੰ ਬਲੌਕ ਕਰਕੇ ਬੈਰੀਕੇਡ ਲਗਾ ਕੇ ਸੰਗਰੂਰ ਦੇ ਵਿੱਚ ਸੀਐਮ ਮਾਨ ਦੇ ਸ਼ਹਿਰ ਦੇ ਵਿੱਚ ਮੌਜੂਦ ਆ ਜਿੱਥੇ 26 ਜਨਵਰੀ ਨੂੰ ਲੈ ਕੇ ਬੈਰੀਕੇਡ ਕਰਕੇ ਰੋਡ ਬੰਦ ਕੀਤੇ ਗਏ ਨੇ ਆਮ ਲੋਕਾਂ ਨੂੰ ਨਹੀਂ ਜਾਣ ਦਿੱਤਾ ਭਾਅ ਜੀ ਕਿੱਧਰ ਜਾਣਾ ਸੀ ਸੋ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਤੰਗੀਆਂ ਪਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਨੇ ਨਹੀਂ ਜਾਣ ਦਿੱਤਾ ਜਾ ਰਿਹਾ ਭਾਈ ਜੀ ਕਿੱਧਰ ਜਾਣਾ ਤੁਸੀਂ ਸੋ ਹਰ ਕੋਈ ਆ ਜਿਹੜਾ ਜਾਣਦੇ ਕੋਈ ਹਸਪਤਾਲ ਜਾ ਰਿਹਾ ਪਰ ਕਈਆਂ ਨੂੰ ਹਸਪਤਾਲ ਵਾਲਿਆਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਦੇਖ ਸਕਦੇ ਹੋ ਸੰਗਰੂਰ ਦੇ ਵਿੱਚ ਮੌਜੂਦਾ 26 ਜਨਵਰੀ ਦਾ ਦਿਨ ਹੈ ਪਰ ਕਿਤੇ ਨਾ ਕਿਤੇ ਆਮ ਲੋਕਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਵੀਆਈਪੀ ਕਲਚਰ ਨੂੰ ਲੈ ਕੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਜੁੜੇ ਰਹੋ ਪੰਜਾਬ ਦੇ ਨਾਲ ਮੇਰੇ ਨਾਲ ਮੇਰੇ ਕੈਮਰਾ ਪਰਸਨ ਅਰਸ਼ਦੀਪ ਕੈਲੇ ਸੰਗਰੂਰ